ਜ਼ਿਲ੍ਹੇ ਵਿੱਚ ਅਵੈਧ ਮਾਈਨਿੰਗ ਨੂੰ ਰੋਕਣ ਦੇ ਲਈ ਸਖਤੀ ਨਾਲ ਕਦਮ ਚੁੱਕੇ ਜਾਣਗੇ। ਇਸ ਸੰਬੰਧੀ ਜੋ ਵੀ ਸ਼ਿਕਾਇਤਾਂ ਆਉਣਗੀਆਂ ਉਸ ਉੱਤੇ ਅਮਲ ਕਰਦੇ ਹੋਏ ਹਰ ਹਾਲਤ ਵਿੱਚ ਅਵੈਧ ਮਾਈਨਿੰਗ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਮਿੰਨੀ ਸਕੱਤਰ ਦੇ ਕਮੇਟੀ ਰੂਮ ਵਿੱਚ ਪੱਤਰਕਾਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਟੂਰਿਜ਼ਮ ਦੀਆਂ ਬਹੁਤ ਸੰਭਾਵਨਾ ਹਨ, ਇਸ ਲਈ ਜ਼ਿਲ੍ਹੇ ਨੂੰ ਟੂਰਿਜ਼ਮ ਪੱਖੋਂ ਹੋਰ ਵੀ ਵਿਕਸਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਮੇਲੇ ਦੌਰਾਨ ਟ੍ਰੈਫਿਕ ਦੀਆਂ ਸਮੱਸਿਆ ਦੇ ਹੱਲ ਦੇ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਫਾਈ ਵਿਵਸਥਾ, ਸੜਕਾਂ ਦੀ ਮੁਰੰਮਤ, ਸੀਵਰੇਜ ਵਿਵਸਥਾ ਸੰਬੰਧੀ ਵਿਸ਼ੇਸ਼ ਪ੍ਰੋਜੈਕਟਾਂ 'ਤੇ ਕੰਮ ਕੀਤਾ ਜਾਵੇਗਾ। ਰੋਪੜ ਜ਼ਿਲ੍ਹੇ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਕਾਫੀ ਚੀਜ਼ਾਂ ਮੈਨੂੰ ਜਾਣਕਾਰੀ ਲੈਣ ਦਾ ਮੌਕਾ ਮਿਲਿਆ ਹੈਗਾ ਅਤੇ ਇੱਥੇ ਜੋ ਸਭ ਤੋਂ ਪਹਿਲਾਂ ਜੋ ਸਾਡਾ ਇੱਥੇ ਕ੍ਰਿਟੀਕਲ ਪੁਆਇੰਟ ਹੈਗਾ, ਕ੍ਰਿਟੀਕਲ ਜੋ ਵੀ ਧਿਆਨ ਦੇਣ ਦੀ ਗੱਲ ਹੈਗੀ, ਜਿਹੜਾ ਹੋਲਾ ਮੁਹੱਲਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਣ ਵਾਲਾ ਹੈ ਅਗਲੇ ਮਹੀਨੇ ਦੇ ਦੌਰਾਨ, ਉਸਨੂੰ ਕਿਸ ਤਰੀਕੇ ਨਾਲ ਸੁਚਾਰੂ ਢੰਗ ਨਾਲ ਅਤੇ ਪੀਸਫੁਲ ਢੰਗ ਨਾਲ, ਜਿਵੇਂ ਕਿ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਪੇਸ਼ ਆਏ, ਨਾਲ ਹੀ ਸ਼ਹਿਰ ਦਾ ਜਿਹੜਾ ਜੋ ਇੱਕ ਰਿਲੀਜੀਅਸ ਸਮਾਗਮ ਹੈ ਉਸਦੀ ਮਰਿਆਦਾ ਵੀ ਬਰਕਰਾਰ ਰਹੇ, ਉਹ ਕਿਸ ਤਰੀਕੇ ਨਾਲ ਅਸੀਂ ਸੁਚਾਰੂ ਢੰਗ ਨਾਲ ਕਰ ਸਕਦੇ ਨੇ, ਸਾਡਾ ਫੋਕਸ ਇਮੀਡੀਏਟਲੀ ਪ੍ਰਾਇਰਟੀ ਵਾਈਜ਼ ਉੱਥੇ ਰਹੇਗਾ। ਇਸ ਤੋਂ ਇਲਾਵਾ ਕੁਛ ਕਰੋਨਿਕ ਪ੍ਰੋਬਲਮਸ ਇੱਥੇ ਹੈਗੀ, ਜਿਵੇਂ ਕਿ ਇੱਥੇ ਇੰਪਲੋਇਮੈਂਟ ਨੂੰ ਲੈ ਕੇ ਨਵੇਂ ਸਿਰਜਣ ਕਰਨ ਵਾਸਤੇ, ਜਿਵੇਂ ਟੂਰਿਸਟ ਹਬ ਵਜੋਂ ਰੋਪੜ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੀ ਸੰਭਾਵਨਾਵਾਂ ਹੈਗੀ, ਜਿਨ੍ਹਾਂ ਨੂੰ ਕਿਸੇ ਤਰੀਕੇ ਨਾਲ ਅਸੀਂ ਨਹੀਂ ਸਹੀ ਢੰਗ ਨਾਲ ਪਲੈਟਫਾਰਮ 'ਤੇ ਲਾ ਪਾਏ ਹੈ, ਉਸਨੂੰ ਕਿਸ ਜੋੜਨ ਦਾ ਅਤੇ ਇੰਟੀਗ੍ਰੇਸ਼ਨ ਜੋ ਸਾਰੇ ਸਰਕਿਟ ਜਿਹੜਾ ਹੈਗਾ ਟੂਰਿਜ਼ਮ ਸਰਕਿਟ ਇਸ ਡਿਸਟ੍ਰਿਕਟ ਦਾ, ਉਸਨੂੰ ਕਿਵੇਂ ਟੂਰਿਜ਼ਮ ਫਰੈਂਡਲੀ, ਜਿਵੇਂ ਕਿ ਟੂਰਿਸਟ ਆ ਕੇ ਮਹਿਸੂਸ ਕਰੇ ਕਿ ਇਹ ਜੀ ਇਹ ਡੈਸਟੀਨੇਸ਼ਨ ਹੈ, ਇੱਥੇ ਆ ਕੇ ਸਮੇਂ ਬਿਤਾਏ, ਇੱਥੇ ਲੋਕਲ GDP ਨੂੰ ਆਪਣਾ ਯੋਗਦਾਨ ਦੇ, ਉਹ ਕਿਵੇਂ ਕਰ ਸਕਦਾ ਹੈ ਉਸਦਾ ਪ੍ਰੋਜੈਕਟ, ਉਸਦੀ ਜਿਹੜੀ ਪਲੈਨਿੰਗ ਹੈ ਉਸਨੂੰ ਹੋਰ ਕਿਵੇਂ ਅਸੀਂ ਫਾਈਨ ਟਿਊਨ ਕਰਕੇ ਕਰ ਸਕਦੇ ਹਾਂ, ਉੱਥੇ ਆਪਣਾ ਜੋ ਹੈ ਮਿਡਲ ਟਰਮ ਜੋ ਪਲਾਨ ਹੈ ਉਸਦਾ ਰਹੇਗਾ। ਲੌਂਗ ਟਰਮ ਪਲਾਨਿੰਗ ਦੇ ਵਿੱਚ ਅਤੇ ਕ੍ਰਿਟੀਕਲ ਜਿਹੜੀ ਚੀਜ਼ਾਂ ਹੈਗੀਆਂ, ਜਿਵੇਂ ਲੋਕਾਂ ਨੇ ਦੱਸਿਆ ਹੈਗਾ ਕਿ ਔਰ ਫੀਡਬੈਕ ਵੀ ਮਿਲਿਆ ਹੈ ਕਿ ਇੱਥੇ ਦੀ ਸੜਕਾਂ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੈ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ, ਸਪੈਸ਼ਲੀ ਇੰਟਰਨਲ ਰੋਡਸ ਐਂਡ ਜਿਹੜੇ PWD ਬੋਰਡ ਦੇ ਕੋਲ ਰੋਡਸ ਆਉਂਦੀ ਹੈਗੀ, ਉਹਨਾਂ ਦਾ ਕਿਵੇਂ ਅਸੀਂ ਸਪੈਸ਼ਲ ਰਿਪੇਅਰ ਜਾਂ ਹੋਰ ਤਰੀਕੇ ਨਾਲ ਕਿਵੇਂ ਉਸਨੂੰ ਮੋਟਰੇਬਲ ਫਰੈਂਡਲੀ ਬਣਾ ਸਕਦੇ ਹੈਗੇ, ਅਤੇ ਨਾਲ ਮਾਈਨਿੰਗ ਦੀ ਇੱਕ ਬਹੁਤ ਮੇਜਰ ਸਮੱਸਿਆ ਇੱਥੇ ਦੱਸੀ ਗਈ ਹੈਗੀ ਕਿ ਇਲੀਗਲ ਮਾਈਨਿੰਗ ਇੱਥੇ ਬਹੁਤ ਜ਼ਿਆਦਾ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਦੇ ਵਿੱਚ ਇਨਵਾਇਰਮੈਂਟ ਨੂੰ ਵੀ ਸਿੱਧੇ ਤੌਰ 'ਤੇ ਡਾਇਰੈਕਟ ਖਤਰਾ ਹੈ, ਸਾਥ ਹੀ ਉੱਥੇ ਜਿਹੜੇ ਵਸਨੀਕ ਵੱਸਦੇ ਨੇ ਉਹਨਾਂ ਨੂੰ ਵੀ ਜਾਨ ਮਾਲ ਦਾ ਇੱਥੇ ਹਮੇਸ਼ਾ ਡਰ ਬਣਾ ਰਹਿੰਦਾ ਹੈਗਾ, ਅਤੇ ਫਲੱਡ ਸਿਚੁਏਸ਼ਨ ਵੀ ਕੁਛ ਨਾ ਕੁਛ ਮੈਨਮੇਡ ਹੈ ਇਸ ਕਾਰਨ ਤੋਂ, ਕਿਉਂਕਿ ਜਿਹੜੀ ਮਾਈਨਿੰਗ ਹੈ ਉਹ ਰਿਵਰ ਬੈਡਸ ਦੇ ਵਿੱਚ ਜਾ ਕੇ ਹੋ ਰਹੀ ਹੈ, ਜਿਸ ਤੋਂ ਰਿਵਰ ਦਾ ਜਿਹੜਾ ਫਲੋ ਹੈ ਉਹਨਾਂ ਦਾ ਜਿਹੜਾ ਡਾਇਰੈਕਸ਼ਨ ਹੈ ਉਹ ਕਈ ਵਾਰ ਬਦਲ ਜਾਂਦਾ ਹੈ, ਜਿਸ ਤੋਂ ਬਹੁਤ ਜ਼ਿਆਦਾ ਜਾਨ ਮਾਲ ਦੀ ਜੋ ਨੁਕਸਾਨ ਹੈ ਉਹ ਪਿਛਲੇ ਸਾਲਾਂ ਦੌਰਾਨ ਦੇਖਿਆ ਗਿਆ ਹੈਗਾ, ਇੱਥੇ ਕਾਫੀ ਜ਼ਿਆਦਾ ਹੁੰਦਾ ਹੈ, ਤੋ ਇਸ 'ਤੇ ਵੀ ਸਭ ਤੋਂ ਜ਼ਿਆਦਾ ਆਪਣਾ ਧਿਆਨ, ਔਰ ਕਿਵੇਂ ਅਸੀਂ ਟਾਸਕ ਫੋਰਸ ਬਣਾ ਕੇ, ਕਿਵੇਂ ਅਸੀਂ ਪੁਲਿਸ ਨੂੰ ਨਾਲ ਲੈ ਕੇ ਅਤੇ ਮਾਈਨਿੰਗ ਮਹਿਕਮੇ ਨੂੰ ਨਾਲ ਲੈ ਕੇ ਕਿਵੇਂ ਅਸੀਂ ਇਸ ਨੂੰ ਰੋਕ ਸਕਦੇ ਨੇ, ਕਿਵੇਂ ਨਾਕੇ ਸੈਟਅਪ ਹੋ ਸਕਦੇ ਨੇ, ਕਿਸ ਤਰੀਕੇ ਨਾਲ ਕਿ ਜੇਕਰ ਕੋਈ ਟੈਕਨੋਲੋਜੀਕਲ ਐਡਵਾਂਸਮੈਂਟ ਕੇ ਥਰੂ ਅਸੀਂ ਇਸਨੂੰ ਕਰਪ ਕਰ ਸਕੀਏ, ਹੋਰ ਮੋਨੀਟਰਿੰਗ ਅਤੇ ਚੈਕਿੰਗ ਵਧਾ ਸਕੀਏ,
ਅਸੀਂ ਕੋਸ਼ਿਸ਼ ਕਰਾਂਗੇ ਇੱਕ ਐਕਸ਼ਨ ਪਲਾਨ ਲਾਉਣ ਦੇ ਵਾਸਤੇ ਕਿ ਇਸਕੇ ਰਿਜ਼ਲਟਸ ਜੋ ਹੈ ਉਹ ਇੰਪਰੂਵਮੈਂਟ ਸ਼ੋਅ ਕਰ ਸਕੇ ਅਤੇ ਮੇਜਰ ਆਪਣੇ ਜੋ ਸ਼ਹਿਰੀ ਆਪਣੇ ਕਾਉਂਸਲਸ ਨੇ ਉਸਦੇ ਵਿੱਚ ਸੈਨੀਟੇਸ਼ਨ ਔਰ ਸੀਵਰੇਜ ਵਿਵਸਥਾ ਨੂੰ ਲੈ ਕੇ ਵੀ ਥੋੜ੍ਹਾ ਆਪਣਾ ਧਿਆਨ ਦੇਣ ਦੀ ਲੋੜ ਹੈਗੀ। ਉਸਨੂੰ ਵੀ ਅਸੀਂ ਕੁਛ ਫਾਈਨ ਟਿਊਨ ਕਰਾਂਗੇ ਜੀ ਕਿ ਕਿਵੇਂ ਫੰਡਸ ਦੀ ਜਹਾਂ ਜਹਾਂ ਗੈਪ ਹੈ ਉਸਨੂੰ ਕਿਵੇਂ ਅਸੀਂ ਡਿਪਾਰਟਮੈਂਟਸ ਤੋਂ ਪ੍ਰੋਜੈਕਟਸ ਬਣਾ ਕੇ ਲਾ ਸਕਦੇ ਨੇ, ਕਿਉਂਕਿ ਐਸੇ ਬਹੁਤ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਗਰਾਮਸ ਨੇ ਅਤੇ ਹੋਰ ਫਲੈਗਸ਼ਿਪ ਸਕੀਮਸ ਨੇ ਜਿੱਥੇ ਜੇਕਰ ਅਸੀਂ ਵਧੀਆ ਢੰਗ ਨਾਲ ਪ੍ਰੈਜੈਂਟ ਕਰੀਏ, ਪ੍ਰੋਜੈਕਟ ਰਿਪੋਰਟ ਬਣਾਈਏ ਅਤੇ ਡੀ ਪੀ ਆਰਸ ਵਗੈਰਾ ਸਮੇਂ ਸੇ ਸਬਮਿਟ ਹੋਣ, ਅਤੇ ਬਹੁਤ ਸਾਰੇ ਫੰਡਸ ਹਨ ਜੋ ਅਸੀਂ ਰੋਪੜ ਡਿਸਟ੍ਰਿਕਟ ਵਾਸਤੇ ਲਾ ਸਕਦੇ ਨੇ, ਜੋ ਅਸੀਂ ਕੋਸ਼ਿਸ਼ ਕਰਾਂਗੇ ਕਿ ਰੋਪੜ ਡਿਸਟ੍ਰਿਕਟ ਦੇ ਵਿੱਚ ਜ਼ਰੂਰ ਉਸਦਾ ਕੁਛ ਨਾ ਕੁਛ ਫਾਇਦਾ ਮਿਲ ਸਕੇ। ਮੈਡਮ ਇੱਕ ਜਿਹੜੀ ਮਾਈਨਿੰਗ ਦੀ ਤੁਸੀਂ ਗੱਲ ਕੀਤੀ,